सरकार तुहाडे द्वार दा रियलिटी चेक। कॉल करन तो बाद किवें आउंदा है एजेंट। घर च किवें बनाया जांदा है सर्टिफिकेट। सहूलत लैण वाले लोकां दा की है कहना। ग्राउंड जीरो तो देखो किवें चल रही है स्कीम। पंजाब च हुण सरकारी सर्टिफिकेट बनाने दे लई सरकारी दफ्तरां दे विच खज्जल खुआर होण दी जरूरत नहीं है। पंजाब सरकार दे वल्लों एक नवी स्कीम शुरू की गई है डोरस्टेप डिलीवरी, और इसे तहत 1076 नंबर तुसीं डायल करो, उस तो बाद पंजाब सरकार का अधिकारी तुहाडे घर आएगा, सर्टिफिकेट बना दिता जाएगा। किस तरीके नाल काम करेगा गलबात कर लेने आ। नवी स्कीम के तहत जो मोटरसाइकिल से मुंडा आएगा कॉल सेंटर से तुसी नंबर डायल कर सकते हो। की नाम है तुहाडा? नाम भगवंत सिंह है जी मेरा। भगवंत, ये किस तरीके दे नाल जिहड़ियां किन्ने सर्टिफिकेट ने जिहड़े घरे बैठे बन जाएंगे, सरकारी दफ्तर सुविधा सेंटर जाने की जरूरत नहीं होगी? इहदे विच जी मैरिज सर्टिफिकेट होंदा इक तां जी, ते डैथ सर्टिफिकेट और 43 सेवावां ने ऑन घरे बैठे मिलणगियां, सेवा केंद्र जाने की लोड़ नहीं पेगी। दूसरा 1076 नंबर डायल किया, वह तुहाडे नाल सीधी गल हुंदी है जां किते होर हुंदी है, और किवें टाइम हुंदा इहदा? जी जो मुख दफ्तर है वह मोहाली बनिया होया वा, ते उत्थों पहलां उन्हां नूं कॉल जांदी है सिटीआं दी, सिटीआं जिहड़ी कॉल है फिर वह डॉकूमेंट की जांच करके पोस्टल करके भी डॉकूमेंट हैगे आ पूरे हैगे आ, फिर उस तों बाद डीएम नूं साडे कॉल आउंदी है लुधियाने, ते उस तों बाद लुधियाने डीएम साडी ड्यूटी लाउंदा है ਵੀ ਜੋ ਸਲੋਟ ਬੁੱਕ ਹੁੰਦਾ ਉਹਦੇ ਹਿਸਾਬ ਨਾਲ ਹੀ ਜਾਂਦੇ ਹਾਂ, ਤੇ 20-25 ਦਿਨ ਦੇ ਵਿੱਚ ਵਿੱਚ ਸਰਟੀਫਿਕੇਟ ਬਣ ਜਾਂਦਾ। ਦੂਸਰੇ ਵੀ ਕਿ ਕਿੰਨੇ ਤੋਂ ਕਿੰਨੇ ਵਜੇ ਤੱਕ ਇਹ ਤੁਸੀਂ ਘਰੇ ਜਾਂਦੇ ਹੋ, ਕਿੰਨੇ ਤੋਂ ਕਿੰਨੇ ਤੁਹਾਡੀ ਡਿਊਟੀ ਹੋਏਗੀ? ਇਹ ਜੀ 9-5 ਵਜੇ ਤੱਕ ਹੁੰਦੀ ਹੈ ਜੀ, ਸੰਡੇ ਦੀ ਛੁੱਟੀ ਹੁੰਦੀ ਹੈ, ਸੰਡੇ ਦੀ ਛੁੱਟੀ 6 ਦਿਨ ਹਫ਼ਤੇ 6 ਦਿਨ 6 ਹਾਂਜੀ। ਦੂਸਰੇ ਵੀ ਹੈ ਭਗਵੰਤ ਕਿ ਕੋਈ ਫੀਸ ਵੀ ਰੱਖੀ ਹੈ ਕਿ ਅਗਰ ਕਿਸੇ ਨੇ ਬਰਥ ਸਰਟੀਫਿਕੇਟ ਬਣਾਉਣਾ ਹੈ, ਮੈਰਿਜ ਸਰਟੀਫਿਕੇਟ ਬਣਾਉਣਾ ਹੈ, ਅਲੱਗ ਅਲੱਗ ਫੀਸ ਹੈ ਜਾਂ ਫ੍ਰੀ ਆਫ ਕੋਸਟ ਹੈ, ਜਾਂ ਕਿੰਨੀ ਫੀਸ ਉਹਨੂੰ ਪੇ ਕਰਨੀ ਪਏਗੀ ਅਗਰ ਘਰੇ ਬੈਠੇ ਉਹਨੇ ਇਹ ਸਰਟੀਫਿਕੇਟ ਬਣਵਾਉਣਾ? ਹਾਂਜੀ, ਘਰੇ ਇੱਕ ਜਾਂ 120 ਰੁਪਏ ਲੱਗਣਗੇ ਅਲੱਗ ਤੋਂ, ਜਿਵੇਂ ਹੁਣ ਆਪਾਂ ਮਤਲਬ ਮੈਰਿਜ ਸਰਟੀਫਿਕੇਟ 1470 ਰੁਪਏ ਫੀਸ ਹੈ ਉਹਦੀ, ਤਾਂ ਉਹ ਅਲੱਗ ਤੋਂ 120 ਰੁਪਏ ਵਿੱਚ ਉਹ ਜੋੜਨੇ ਪੈਣੇ ਆ। 1470 ਰੁਪਏ ਦੇ ਨਾਲ 120 ਰੁਪਏ ਐਕਸਟਰਾ ਦੇਣੇ ਪੈਣਗੇ ਜਿਹੜੇ ਤੁਸੀਂ ਘਰ ਜਾ ਕੇ ਬਣਾਉਣਾ ਵਾ। ਹਾਂਜੀ ਹਾਂਜੀ ਹਾਂਜੀ। ਹੁਣ ਪਹਿਲਾ ਦਿਨ ਅੱਜ, ਟੈਲੀਫੋਨ ਵੀ ਤੁਹਾਨੂੰ ਆਇਆ ਸੀਗਾ, ਕਿੱਥੇ ਜਾ ਰਹੇ ਹੋ ਔਰ ਕਿਹੜਾ ਸਰਟੀਫਿਕੇਟ ਬਣਾਉਣ ਜਾ ਰਹੇ ਹੋ? ਮੈਨੂੰ 3 ਵਜੇ ਜੀ ਕਾਲ ਆਈ ਸੀਗੀ ਉਹਨਾਂ ਦੀ, ਤੇ ਉੱਥੇ ਹੁਣ ਮੈਂ ਜਾ ਰਿਹਾ ਵਾਂ, ਤੇ ਹੁਣ ਵੀ ਕਾਲ ਆ ਰਹੀ ਆ, ਤੇ ਸਲੋਟ ਬੁੱਕ ਹੈ, ਤੇ 4:30 ਵਜੇ ਦਾ ਟਾਈਮ ਸੀਗਾ ਉਹਨਾਂ ਦਾ, ਤੇ ਮੈਂ ਉੱਥੇ ਚੱਲਿਆ ਜੀ। ਕੀ ਕਿਹੜਾ ਸਰਟੀਫਿਕੇਟ ਬਣਾਉਣ ਦੀ ਜਿਹੜੀ ਕੋਲ ਹੈ? ਇਹ ਹੈਗਾ ਸੀਗਾ ਜੀ ਬਰਥ ਸਰਟੀਫਿਕੇਟ ਆ ਜੀ। ਬਰਥ ਸਰਟੀਫਿਕੇਟ ਬੱਚੇ ਦਾ, ਬਰਥ ਜੀ ਜੀ ਬੱਚੇ ਦਾ, ਹਾਂਜੀ ਨਾਮ ਦਰਜ ਕਰਵਾਉਣਾ ਉਹਨਾਂ ਨੇ। ਤੇ ਚਲਦੇ ਆ ਦੇਖਦੇ ਆ ਕਿ ਜਦੋਂ ਇੱਥੋਂ ਚੱਲੇ ਨੇ, ਜਦੋਂ ਇਹਨਾਂ ਨੂੰ ਫੋਨ ਆ ਗਿਆ ਮੋਹਾਲੀ ਕੋਲ ਸੈਂਟਰ ਤੋਂ ਕਿ 4:30 ਵਜੇ ਉਹ ਸ਼ਖਸ ਘਰ ਪਹੁੰਚੋ ਬਰਥ ਸਰਟੀਫਿਕੇਟ ਬਣਾਉਣ ਦੇ ਲਈ, 4 ਵਜੇ ਨੇ ਇਸ ਵੇਲੇ, ਤਾਂ ਉੱਥੇ ਜਾ ਕੇ ਦੇਖਦੇ ਹਾਂ ਕਿ ਕਿਵੇਂ ਇਹ ਵੈਬਸਾਈਟ ਦੇ ਜ਼ਰੀਏ ਅਪਲੋਡ ਕਰਦੇ ਆ, ਕਿਹੜੇ ਕਿਹੜੇ ਸਰਟੀਫਿਕੇਟ ਦੀ ਜ਼ਰੂਰਤ, ਕਿਸ ਤਰੀਕੇ ਨਾਲ ਡਾਕੂਮੈਂਟ ਦੀ ਜ਼ਰੂਰਤ ਪੈਂਦੀ ਹੈ, ਚਲੋ ਉੱਥੇ ਚੱਲਦੇ ਹਾਂ। ਪੰਜਾਬ 'ਚ ਹੁਣ ਸਰਕਾਰੀ ਸਰਟੀਫਿਕੇਟ ਬਣਾਉਣ ਦੇ ਲਈ ਦਫ਼ਤਰਾਂ 'ਚ ਜਾਣ ਦੀ ਜ਼ਰੂਰਤ ਨਹੀਂ ਹੈ, ਪੰਜਾਬ ਸਰਕਾਰ ਦਾ ਅਧਿਕਾਰੀ ਘਰ ਆ ਕੇ ਹੀ ਸਰਟੀਫਿਕੇਟ ਬਣਾ ਰਿਹਾ। 1076 ਨੰਬਰ ਡਾਇਲ ਕਰੋ, ਸਮਾਂ ਮੰਗੋ, ਔਰ ਉਸ ਤੋਂ ਬਾਅਦ 9 ਵਜੇ ਤੋਂ ਲੈ ਕੇ 5 ਵਜੇ ਦੇ ਵਿਚਾਲੇ ਸਰਟੀਫਿਕੇਟ ਬਣਾਉਣ ਦੇ ਲਈ ਅਧਿਕਾਰੀ ਤੁਹਾਡੇ ਘਰ ਆਏਗਾ। ਲੁਧਿਆਣਾ 'ਚ ਅਸੀਂ ਮੌਜੂਦ ਹਾਂ ਜਿੱਥੇ ਇੱਕ ਅਧਿਕਾਰੀ ਘਰੇ ਪਹੁੰਚਿਆ ਵੀ ਹੋਇਆ ਬਰਥ ਸਰਟੀਫਿਕੇਟ ਬਣਾਉਣ ਦੇ ਲਈ। ਗੱਲਬਾਤ ਇਹਨਾਂ ਦੇ ਨਾਲ ਕਰ ਲੈਂਦੇ ਹਾਂ ਜਿਨ੍ਹਾਂ ਨੇ ਬਰਥ ਸਰਟੀਫਿਕੇਟ ਬਣਾਉਣਾ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। 1076 ਡਾਇਲ ਕੀਤਾ, ਤੁਸੀਂ ਇੱਥੇ ਪਹੁੰਚੇ, ਕਿਹੜੇ ਕਿਹੜੇ ਸਰਟੀਫਿਕੇਟ ਦੀ ਜ਼ਰੂਰਤ ਸੀਗੀ ਔਰ ਕਦੋਂ ਤੁਹਾਨੂੰ ਫੋਨ ਆਇਆ ਸੀ, ਕਿੰਨੀ ਦੇਰ ਬਾਅਦ ਤੁਸੀਂ ਇੱਥੇ ਪਹੁੰਚ ਗਏ? ਤਕਰੀਬਨ 3 ਵਜੇ ਮੈਨੂੰ ਕਾਲ ਆਈ ਸੀਗੀ, ਅਤੇ ਉਹ ਤੋਂ ਬਾਅਦ ਇਹਨਾਂ ਡਾਕੂਮੈਂਟ ਮੈਂ ਆ ਕੇ ਦੇਖਿਆ, ਚੈੱਕ ਕੀਤੇ, ਹੁਣ ਸਹੀ ਹੈ, ਅਤੇ ਹੁਣ ਮੈਂ ਐਂਟਰੀ ਨਾਲ ਸ਼ੁਰੂ ਕਰਨ ਲੱਗਿਆ। ਇਹ ਬਰਥ ਸਰਟੀਫਿਕੇਟ ਦੀ ਐਂਟਰੀ ਪਾ ਰਿਹਾ ਮੈਂ, ਜਿਹਦਾ ਜੇ ਇਹਨਾਂ ਦਾ ਨਾਮ ਹੋਇਆ ਰਿਕਾਰਡ ਦੇ ਵਿੱਚ ਹੋਇਆ, ਦਰਜ ਹੋਇਆ ਉੱਥੇ ਬਰਥ ਸਰਟੀਫਿਕੇਟ, ਤਾਂ ਉਹ ਰਿਕਾਰਡ ਦੇ ਵਿੱਚ ਬਰਥ ਸਰਟੀਫਿਕੇਟ ਆਜੂਗਾ, ਜੇ ਨਾਮ ਦਰਜ ਹੋਇਆ ਤਾਂ ਨੋਟ ਫਾਊਂਡ ਆਊਗਾ, ਨੋ ਰਿਕਾਰਡ ਆਊਗਾ। ਜੇ ਨਾਮ ਪਵਾਉਣਾ ਹੋਵੇ ਫਿਰ ਨਾਮ ਪੈ ਜਾਏਗਾ ਜਾਂ ਕਿਵੇਂ ਹੋਏਗਾ? ਨਹੀਂ, ਉਹ ਤੋਂ ਬਾਅਦ ਇਹਨਾਂ ਵੱਲੋਂ 2 ਨੋਟ ਫਾਊਂਡ ਲਗਾਏ ਜਾਣਗੇ, ਨਾਨਕਿਆਂ ਵੱਲੋਂ ਇੱਕ ਦਾਦਕਿਆਂ ਵੱਲੋਂ ਲੱਗ ਰਿਹਾ ਇਹਨਾਂ ਦਾ, ਫਿਰ ਉਦੋਂ ਬਾਅਦ ਦਰਜ ਹੋ ਜੂਗਾ, ਅਤੇ ਇੱਕ ਤਕਰੀਬਨ ਜੇ ਨੋਟ ਫਾਊਂਡ ਇਹਨੂੰ 15-20 ਦਿਨ ਲੱਗ ਜਾਂਦੇ ਬਣਨ ਨੂੰ, ਪਰ ਲੇਟ ਐਂਟਰੀ ਜਿਹੜੀ ਉਹਨੂੰ ਤਕਰੀਬਨ ਮਹੀਨਾ ਲੱਗ ਹੀ ਜਾਂਦਾ ਹੈ। ਕਿਵੇਂ ਦੇਖਦੇ ਹੋ, ਕਿਉਂਕਿ ਪਹਿਲਾਂ ਤਾਂ ਸਰਕਾਰੀ ਦਫ਼ਤਰ 'ਚ ਜਾ ਕੇ, ਸੁਵਿਧਾ ਸੈਂਟਰ ਜਾਂ ਨਗਰ ਨਿਗਮ ਦੇ ਦਫ਼ਤਰ ਜਾ ਕੇ ਸਰਟੀਫਿਕੇਟ ਬਣਾਉਣਾ ਪੈਂਦਾ ਸੀ, ਹੁਣ ਫੋਨ ਕੀਤਾ ਘਰੇ ਹੀ ਜਿਹੜਾ ਸਰਕਾਰ ਦਾ ਅਧਿਕਾਰੀ ਆ ਗਿਆ? ਬਹੁਤ ਵਧੀਆ ਜੀ, ਬਹੁਤ ਵਧੀਆ ਗੱਲ, ਕਿਉਂਕਿ ਪਹਿਲੇ ਤੁਸੀਂ ਉਹ ਪੰਜਾਬ ਦੇ ਨਾਗਰਿਕ ਜਿਹੜੇ ਸਰਟੀਫਿਕੇਟ ਬਣਵਾ ਰਹੇ ਹੋ,
बाद सर्टिफिकेट बनाने जा रहे हो, पहला नहीं बनया सीगा, पहला सरकारी दफ्तर च कोशिश की सी, उत्थे इंतजार करना पिया या उन्होंने मना कर दिता या की सी? गए सीगे जी, बनया नहीं हैगा, बहुत धक्के मारने पैंदे जी, बार बार जाना पैंदा जी। अज तुसी 3 बजे फोन किया सी? हां जी, 3 बजे फोन किया जी। कहिंदे तुहाडे को केड़े केड़े डॉक्यूमेंट मंगे सी, की आधार कार्ड चाहिदा या राशन कार्ड मंगया या की मंगया सी? इक पैन कार्ड किया सीगा जी, आधार कार्ड किया सीगा। लगता पंजाब जे स्कीम ठीक है कि घर बैठे ही जेकर सर्टिफिकेट बर्थ का होवे या मैरिज सर्टिफिकेट होवे या कोई भी सर्टिफिकेट होवे बन जाएगा? हाँ जी हाँ जी हाँ जी, बहुत वधिया गल है। इहदे लई कोई फीस भी हुंदी? किन्नी फीस तुसी रखी है कि बर्थ सर्टिफिकेट बनाना? ਉਹਦੀ ਨੋਰਮਲ ਤਾਂ 120 ਰੁਪਏ ਫੀਸ ਚਾਰਜ ਲਿਆ ਜਾਂਦਾ, ਘਰ ਆਉਂਦੇ ਆ ਤੇ ਵੈਸੇ 75 ਰੁਪਏ ਫੀਸ ਹੁੰਦੀ ਹੈ। ਦੂਸਰਾ ਇਹ ਵੀ ਹੈ ਕਿ ਅਪਲੋਡ ਕਦੋਂ ਤੱਕ ਹੋ ਜਾਏਗਾ ਬਰਥ ਸਰਟੀਫਿਕੇਟ? ਇਹ ਬਰਥ ਸਰਟੀਫਿਕੇਟ ਤਕਰੀਬਨ ਮੈਂ ਉਹੀ ਦੱਸਦਾ ਪਹਿਲਾਂ ਜੀ, ਨੋਟ ਫਾਉਂਡ ਜੇ ਤਾਂ ਰਿਕਾਰਡ ਦੇ ਵਿੱਚ ਆਇਆ ਤਾਂ ਫਿਰ ਤਾਂ ਬਰਥ ਸਰਟੀਫਿਕੇਟ ਆਜੂਗਾ, ਜੇ ਨਾ ਰਿਕਾਰਡ ਦੇ ਵਿੱਚ ਨੋਟ ਫਾਉਂਡ ਆ ਜਾਣਾ ਹੈ, ਨੋ ਰਿਕਾਰਡ ਵੀ, ਫਿਰ ਉਸ ਤੋਂ ਬਾਅਦ ਦੁਬਾਰਾ ਦਰਜ ਕਰਾਉਣਾ ਪੈਣਾ ਇਹਨਾਂ ਨੂੰ। ਇੱਕ ਦਿਨ ਚ ਕਿੰਨੇ ਕ ਲੋਕ ਜਿਹੜੇ ਆ ਉਹ ਤੁਹਾਡੇ ਕੋਲ ਟਾਈਮ ਲੈ ਸਕਦੇ ਆ ਜਾਂ ਕਿੰਨੇ ਲੋਕਾਂ ਦੇ ਘਰੇ ਤੁਸੀਂ ਜਾ ਕੇ ਸਰਟੀਫਿਕੇਟ ਬਣਾ ਸਕਦੇ ਹੋ, ਔਰ ਇੱਕ ਸਰਟੀਫਿਕੇਟ ਬਣਾਉਣ ਲਈ ਕਿੰਨਾ ਕ ਸਮਾਂ ਤੁਹਾਨੂੰ ਲੱਗ ਜਾਂਦਾ? ਤਕਰੀਬਨ 10-15 ਮਿੰਟ ਲੱਗਦੇ ਨੇ ਐਂਟਰੀ ਨੂੰ, ਤੇ ਉਹ ਦਿਨ ਦੇ ਵਿੱਚ 20-25 ਅਪਾਰਟਮੈਂਟ ਅਸੀਂ ਕਰ ਸਕਦੇ ਹਾਂ ਕਲੀਅਰ ਜੇ ਆਉਂਦੀਆਂ ਨੇ। 9-5 ਟਾਈਮਿੰਗ? ਹਾਂਜੀ, 9-5 ਟਾਈਮਿੰਗ ਹੈ ਜੀ। ਤਾਂ ਪੰਜਾਬ ਚ ਜੇਕਰ ਤੁਸੀਂ ਬੈਠੇ ਹੋ ਤਾਂ ਤੁਹਾਨੂੰ ਹੁਣ ਸਰਟੀਫਿਕੇਟ ਸਰਕਾਰੀ ਬਣਾਉਣ ਦੇ ਲਈ, ਚਾਹੇ ਬਰਥ ਸਰਟੀਫਿਕੇਟ ਹੋਵੇ, ਚਾਹੇ ਉਸ ਦੇ ਵਿੱਚ ਕੁਰੈਕਸ਼ਨ ਕਰਾਉਣਾ ਹੋਵੇ, ਚਾਹੇ ਐਡਰੈਸ ਸਰਟੀਫਿਕੇਟ ਹੋਵੇ ਜਾਂ ਮੈਰਿਜ ਸਰਟੀਫਿਕੇਟ ਹੋਵੇ, ਡੈਥ ਸਰਟੀਫਿਕੇਟ ਹੋਵੇ, ਦਫ਼ਤਰ ਸਰਕਾਰੀ ਜਾਣ ਦੀ ਜ਼ਰੂਰਤ ਨਹੀਂ ਹੈ। ਘਰ ਬੈਠ ਕੇ ਹੀ 1076 ਨੰਬਰ ਡਾਇਲ ਕਰੋ, 1076 ਨੰਬਰ ਡਾਇਲ ਕਰਨ 'ਤੇ ਦੂਜੇ ਪਾਸੇ ਕੋਲਿੰਗ ਸੈਂਟਰ ਜਿਹੜਾ ਮੋਹਾਲੀ ਦੇ ਵਿੱਚ ਹੈ, ਗੱਲਬਾਤ ਤੁਹਾਡੇ ਨਾਲ ਕਰੇਗਾ, ਔਰ ਸਮਾਂ 9-5 ਵਜੇ ਦੇ ਵਿੱਚ ਤੁਸੀਂ ਕਿਸੇ ਸਮੇਂ ਵੀ ਸਰਕਾਰੀ ਮੁਲਾਜ਼ਮ ਨੂੰ ਬੁਲਾ ਸਕਦੇ ਹੋ। ਪਹਿਲਾਂ ਉਹ ਤੁਹਾਨੂੰ ਪੁੱਛੇਗਾ ਕਿ ਕਿਹੜੇ ਕਿਹੜੇ ਡਾਕੂਮੈਂਟ ਦੀ ਜ਼ਰੂਰਤ ਹੈ, ਉਹ ਡਾਕੂਮੈਂਟ ਵੈਰੀਫਾਈ ਕੀਤੇ ਜਾਣਗੇ, ਔਰ ਉਸ ਤੋਂ ਬਾਅਦ ਤੁਹਾਨੂੰ ਸਮਾਂ ਦੇ ਦਿੱਤਾ ਜਾਏਗਾ। ਔਰ ਅੱਜ ਪਹਿਲੇ ਦਿਨ ਜਦੋਂ ਸ਼ੁਰੂਆਤ ਹੋਈ ਤਾਂ ਇਸ ਤਰੀਕੇ ਨਾਲ ਲੁਧਿਆਣੇ ਦੇ ਵਿੱਚ ਬਰਥ ਸਰਟੀਫਿਕੇਟ ਬਣਾਉਣ ਦੇ ਲਈ ਇਹਨਾਂ ਦੇ ਘਰ ਪਹੁੰਚੇ ਔਰ ਬਰਥ ਸਰਟੀਫਿਕੇਟ ਜਿਹੜਾ ਵਾ ਉਹ ਬਣਾਇਆ ਜਾ ਰਿਹਾ। ਕਹਿ ਰਹੇ ਨੇ ਕਿ 15-20 ਦਿਨ ਲੱਗਣਗੇ ਔਰ ਘਰ ਦੇ ਅੰਦਰ ਹੀ ਘਰ ਹੀ ਸਰਟੀਫਿਕੇਟ ਜਿਹੜਾ ਵਾ ਉਹ ਪਹੁੰਚ ਜਾਏਗਾ। ਅਪਲੋਡ ਪਹਿਲਾਂ ਕਰ ਦਿੱਤਾ ਜਾਏਗਾ, ਲੇਕਿਨ ਜਿਹੜੀ ਹਾਰਡ ਕਾਪੀ ਹੈ ਉਸ ਨੂੰ ਤਕਰੀਬਨ 15-20 ਦਿਨ ਦਾ ਸਮਾਂ ਜਿਹੜਾ ਵਾ ਉਹ ਲੱਗੇਗਾ। ਤਾਂ ਇੱਕ ਸਰਕਾਰ ਦੇ ਵੱਲੋਂ ਆਮ ਲੋਕਾਂ ਦਾ ਸਮਾਂ ਬਚਾਉਣ ਦੇ ਲਈ ਇਹ ਸਕੀਮ ਸ਼ੁਰੂ ਕੀਤੀ ਹੈ, ਔਰ ਨਾਲ ਹੀ ਨਾਲ ਆਮ ਲੋਕ ਦਫ਼ਤਰਾਂ ਦੇ ਵਿੱਚ ਖੱਜਲ ਖੁਆਰ ਨਾ ਹੋਣ, ਇਸ ਕਰਕੇ ਵੀ ਇਹ ਸਕੀਮ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ। 43 ਤਰ੍ਹਾਂ ਦੇ ਸਰਟੀਫਿਕੇਟ ਨੇ, ਬਰਥ ਸਰਟੀਫਿਕੇਟ ਹੋਵੇ, ਮੈਰਿਜ ਸਰਟੀਫਿਕੇਟ ਹੋਵੇ, ਤੁਹਾਡੀ ਕਾਸਟ ਰਿਗਾਰਡਿੰਗ ਸਰਟੀਫਿਕੇਟ ਹੋਵੇ ਜਾਂ ਕੁਰੈਕਸ਼ਨ ਕਰਵਾਉਣੀ ਹੋਵੇ, ਉਹ ਤਮਾਮ ਤਰ੍ਹਾਂ ਦੇ ਸਰਟੀਫਿਕੇਟ ਨੇ। ਜੇਕਰ ਤੁਸੀਂ ਘਰ ਬੈਠੇ ਬਣਾਉਣੇ ਹੈ ਤਾਂ 1076 ਨੰਬਰ ਡਾਇਲ ਕਰੋ, ਔਰ ਉਸ ਤੋਂ ਬਾਅਦ ਸਰਕਾਰ ਦਾ ਮੁਲਾਜ਼ਮ ਘਰ ਆ ਕੇ ਸਰਟੀਫਿਕੇਟ ਬਣਾ ਦੇਗਾ। ਕੈਮਰਾਮੈਨ ਸੁਖਜਿੰਦਰ ਦੇ ਨਾਲ ਪੰਕਜ ਕਪਾਈ, ਨਿਊਜ਼ 18 ਲੁਧਿਆਣਾ।